कर्ता पुरुष निर्भय निर्वार अकाल मूरत अजून्य सरहं गुर प्रसाद जप आदि सच जुगाल सच है तुम सच नानक हो जो नी मारी रखी जाए अपने दिल दिया ग्राइया क्योंकि समा हो गया जो समय के मुताबिक अपना इतने टाइम सी करिए जो मटर हुआ थी पिछले दिन मिति 30 तारीख नूं इस मंथ जिहड़ा हैगा अपना बीता उहदे विच रात में सानू इनफॉर्मेशन आई कि जी एक घर दे विच एक बुजुर्ग जिहड़े हैं दयालपुर पिंड चे बलवंत सिंह जी उहनां दी डेड बॉडी मिली है। मौके पे पहुंच के पुलिस ने जदों पूरा का पूरा मुलायजा किया तो इदां लग्या जैसे इहनां दा मर्डर होया है। फिर उहदे बाद असीं सारी इहदे विच असीं सारा जो एविडेंस जो सानू मिले मौके ते या आस पास जिहड़ा असीं सारा कुछ सीसीटीवी चैक करदे बाद सानू इह विदिन 24 आवर्स पुलिस ने बड़ी मेहनत नाल इह मर्डर ट्रेस कर लिता गया। बेसिकली इहदे विच ना दो बंदे इनवॉल्व हैंगे, एक है साहिल और दूजा है मिंटू। इह दोनों ही क्रिमिनल बंदे हैं और उत्थे पिंड जिहड़ा दयालपुर है उत्थे अपना छोटा एक गैंग चला रहे सी। इहनां दे बाकी भी मैंबरान है, 3 होर मैंबर है गैंग दे, टोटल 5 बंदिया दा गैंग है। उस रात पहले ये जिहड़े इन सब ने मिलके एक प्लानिंग की कि एक जिहड़ा NRI का घर बंद सी उत्थे जाके ये सिलेंडरां दी चोरी करांगे। सो ये उसी नीयत दे नाल ओ 3 बंदे जिहड़े हैं इन्हां दे गैंग मैंबर्स वो उत्थे गए। उत्थे जाके उन्होंने ढूंढा जो भी किया उन्होंने बहुत ज़्यादा उहदे विच ना तरक्की नहीं मिली। फिर इमीजिएटली उन्होंने प्लानिंग कर ली कि जिहड़े ये बुजुर्ग हैं बलवंत सिंह जी जिन्होंने साहिल पहले तो ही जानता सी ਉਹ ਉਹਨਾਂ ਦੇ ਕੋਲ ਸ਼ਾਇਦ ਇਹਨਾਂ ਨੂੰ ਪੈਸੇ ਮਿਲ ਸਕਦੇ ਹੈ ਤੇ ਉਹਨਾਂ ਦੇ ਘਰ ਚੋਰੀ ਦੀ ਨੀਅਤ ਨਾਲ ਇਹ ਵੜ ਗਏ ਦੋਨੋਂ। ਉੱਥੇ ਬਲਵੰਤ ਸਿੰਘ ਜੀ ਜਿਹੜੇ ਹੈ ਉਹ ਬੇਸਿਕਲੀ ਫਾਈਨੈਂਸਰ ਹੈ ਔਰ ਬਜ਼ੁਰਗ ਬੰਦੇ ਹੈ, ਉਹ ਵਿਆਸ ਤੇ ਪੈਸੇ ਦਿੰਦੇ ਹੈ ਪਿੰਡ ਦੇ ਜਿਹੜੇ ਬੰਦੇ ਹੈ ਉਹਨਾਂ ਨੂੰ। ਉਹਨਾਂ ਨੇ ਉਹਨਾਂ ਦੇ ਕੋਲ ਇੱਕ ਦਾਤਰ ਉਹ ਆਪਣੀ ਸ਼ਾਇਦ ਸੁਰੱਖਿਆ ਵਾਸਤੇ ਰੱਖਿਆ ਹੋਗਾ, ਇਹਨਾਂ ਨੇ ਉਹਨਾਂ ਦੇ ਦਾਤਰ ਤੋਂ ਹੀ ਨਾ ਉਹਨਾਂ ਪੈਰੋਂ ਮੇ ਔਰ ਸਰ ਮੇ ਵਾਰ ਕਰਕੇ ਉਹਨਾਂ ਨੂੰ ਬਰੂਟਲੀ ਵੈਰੀ ਬਰੂਟਲੀ ਉਹਨਾਂ ਦਾ ਕਤਲ ਕਰਤਾ ਔਰ ਕਤਲ ਕੇ ਬਾਅਦ ਇਹ ਫਰਾਰ ਹੋ ਗਏ। ਔਰ ਇਹ ਫਰਾਰ ਔਰ ਇਹਨਾਂ ਦੇ ਬਾਕੀ 3 ਮੈਂਬਰ ਹੈ ਉਹ ਵੀ ਫਰਾਰ ਹੋ ਗਏ। ਫਿਰ ਅਸੀਂ ਬਾਕੀ ਜਿਹੜਾ ਸਾਨੂੰ ਜੋ ਮੌਕੇ ਤੇ ਸਰਕਮਸਟੈਂਸ਼ੀਅਲ ਐਵੀਡੈਂਸ ਔਰ ਆਸ ਪਾਸ ਚੈੱਕ ਕਰਨ ਕੇ ਬਾਅਦ ਸਾਨੂੰ ਵਿਦਿਨ 24 ਆਵਰਸ ਅਸੀਂ ਇਹਨਾਂ ਨੂੰ ਫੜ ਲਿਆ ਹੈ। ਇਨਕੇ ਸਾਰੇ ਗੈਂਗ ਮੈਂਬਰਸ ਹੈ ਸਾਰੇ ਰਾਊਂਡ ਅਪ ਕਰ ਲਿੱਤੇ ਗਏ ਨੇ। ਸਾਹਿਲ ਜਿਹੜਾ ਹੈ ਉਹ ਬਲਵੰਤ ਸਿੰਘ ਜੀ ਨੂੰ ਪਹਿਲੇ ਤੋਂ ਜਾਣਦਾ ਸੀ। 2021 ਦੇ ਵਿੱਚ ਇਹ ਉਹਨਾਂ ਦੇ ਘਰ ਨਾ ਕਿਰਾਏ ਤੇ ਰਹਿੰਦੇ ਸੀ। ਬਲਵੰਤ ਸਿੰਘ ਜੀ ਕੇ ਘਰ ਮੇ ਇੱਕ ਕੁੜੀ ਰਹਿੰਦੀ ਸੀ ਕਿਰਾਏ ਤੇ, ਇਹ ਉਹਦੇ ਨਾਲ ਰਿਲੇਸ਼ਨ ਸੀ, ਇਹ ਉੱਥੇ ਹੀ ਆਉਂਦਾ ਜਾਂਦਾ ਰਿਹਾ ਸੀ। ਬਾਅਦ 'ਚ ਜਦ ਬਲਵੰਤ ਸਿੰਘ ਜੀ ਨੂੰ ਇਹਨਾਂ ਦੀ ਜਿਹੜੀ ਜੋ ਠੀਕ ਨਹੀਂ ਲੱਗਿਆ ਤਾਂ ਉਹ ਕੁੜੀ ਨੂੰ ਉਹਨਾਂ ਨੇ 2021 'ਚ ਬਾਹਰ ਕੱਢਤਾ। ਇਹ ਬੰਦਾ ਬਹੁਤ ਤਰ੍ਹਾਂ ਦੇ ਕ੍ਰਾਈਮਸ ਦੇ ਵਿੱਚ ਇਨਵੋਲਵ ਹੈਗਾ। ਇਹ ਛੋਟੇ ਛੋਟੇ ਉੱਥੇ ਗੈਂਗ ਚਲਾਉਂਦਾ ਹੈ, ਐਕਸਟੋਰਸ਼ਨ ਹੈ, ਧਮਕੀਆਂ, ਪੁਲਿਸ ਦੇ ਨਾਲ ਵੀ ਕਈ ਵਾਰੀ ਹਮਲਾ ਕੀਤਾ ਹੈ। ਇਹਦੇ ਉੱਪਰ 304 ਦੇ ਅਸਾਦ ਦੇ ਪਰਚੇ ਵੀ ਦਰਜ ਹੈ। ਇਸ ਕਰਕੇ ਇਹਨੂੰ ਇਹ ਪੂਰਾ ਪਤਾ ਸੀ ਕਿ ਜਿਹੜੇ ਆਪਣੇ ਬਲਵੰਤ ਸਿੰਘ ਜੀ ਹੈ ਇਹ ਇਕੱਲੇ ਰਹਿੰਦੇ ਹੈ ਘਰ ਔਰ ਇਹਨਾਂ ਦੇ ਕੋਲ ਸ਼ਾਇਦ ਪੈਸਾ ਵੀ ਹੋ ਸਕਦਾ ਹੈ। ਇਹਨਾਂ ਨੂੰ ਲੁੱਟਣ ਦੀ ਨੀਅਤ ਨਾਲ ਇਹਨਾਂ ਨੇ ਇਹ ਦੋਨੋਂ ਘਰ ਵੜੇ ਔਰ ਘਰ ਜਾ ਕੇ ਇਹਨਾਂ ਦਾ ਬਹੁਤ ਬਰੂਟਲੀ ਮਰਡਰ ਕੀਤਾ ਹੈ। ਕਿੰਨੇ ਲੋਕ ਇਸ ਨੋਮੀਨੇਟਡ ਨੇ, ਕਿੰਨੇ ਅਰੈਸਟਡ ਨੇ, ਰਿਕਵਰੀ ਕੀ ਹੈ? 5 ਬੰਦੇ ਨੋਮੀਨੇਟਡ ਹੈ, 5ੋਂ ਹੀ ਅਰੈਸਟਡ ਹੈ। 2 ਕੇਸ ਅਸੀਂ ਦਰਜ ਕੀਤੇ ਹੈ, ਇੱਕ ਸਿਲੰਡਰ ਦੀ ਚੋਰੀ ਦਾ ਵੱਖਰਾ ਕੇਸ ਦਰਜ ਕੀਤਾ ਹੋਇਆ ਹੈ, FIR ਨੰਬਰ 171 ਔਰ ਜੋ ਜਿਹੜਾ ਆਪਣਾ ਇਹ ਲੁੱਟਾਂ ਖੋਹਾਂ ਦੀ ਨੀਅਤ ਨਾਲ ਫਿਰ ਜਾ ਕੇ ਮਰਡਰ ਕਰਤਾ ਉਹਦਾ ਵੱਖਰਾ ਕੇਸ ਦਰਜ ਕੀਤਾ ਹੋਇਆ ਹੈ, FIR ਨੰਬਰ 170। ਇਹਨਾਂ ਦੇ ਕੋਲ ਨਾ ਇੱਕ ਆਪਣਾ ਦਾਤਰ ਬਰਾਮਦ ਹੋਇਆ ਹੈ ਜਿਹੜਾ ਲੋਹਾ ਲੋਹੇ ਦਾ ਹੈ ਨਾ, ਉਹ ਦਾਤਰ ਬਰਾਮਦ ਹੋਇਆ ਹੈ ਔਰ ਇੱਕ ਸੰਗਲ ਸਬਲ ਉਹ ਬਰਾਮਦ ਹੋਈ ਹੈ।
मैम एक छोटा जा इनपुट हो चाहिए जी, बॉडी मिली है फिर रामगढ़ के कोल पूरे पुलिस इन्वेस्टिगेशन अभी तक दैट मैटर इज अंडर इन्वेस्टिगेशन, पोस्टमार्टम के बाद सानू क्लियर हो जाऊगा कि ओदे हालात हैं एंड वी आर लुकिंग इनटू इट। थैंक यू थैंक यू जी थैंक यू।